ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਤੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਲਈ ਫਗਵਾੜਾ ਦੇ ਮਸਤ ਨਗਰ ਵਿਖੇ ਥਾਣਾ ਸਤਨਾਮਪੁਰਾ ਦੇ SHO ਨਰਿੰਦਰ ਔਜਲਾ ਦੀ ਅਗਵਾਈ ਹੇਠ ਇਲਾਕੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਵਿੱਚ ਉਹਨਾਂ ਦੁਆਰਾ ਮਹੱਲੇ ਵਾਸੀਆਂ ਨਾਲ ਗੱਲ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਕੋਲ ਵੀ ਨਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਸੂਚਿਤ ਕਰ ਸਕਦੇ ਹਨ। ਪੁਲਿਸ ਵੱਲੋਂ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ। ਜਿਹੜੇ ਬਹੁਤ ਸਾਰੇ ਇੱਕੋ ਕਮਿਊਨਿਟੀ ਦੇ ਲੋਕ ਰਹਿੰਦੇ, ਜਿਹੜੇ ਹਰਿਆਣੇ ਤੋਂ ਆਣ ਕੇ ਬੈਠੇ ਹੋਏ ਹੈਗੇ, ਜਿਹੜੇ ਸਾਰੇ ਦੇ ਮੈਜੋਰਟੀ ਜਿਹੜੇ ਕੁਆਰ ਦਾ ਕੰਮ ਕਰਦੇ ਆ, ਜਿਨ੍ਹਾਂ ਦੇ ਬਾਰੇ ਸਸਪੀਸ਼ਨਸ ਲੋਕਾਂ ਦਾ ਕਹਿਣਾ ਵੀ ਇਹ ਹੋਰ ਵੀ ਜਿਹੜੇ ਐਂਟੀ ਸੋਸ਼ਲ ਕਈ ਤਰ੍ਹਾਂ ਦੇ ਕੰਮ ਕਰਦੇ ਹੈਗੇ ਆ। ਇਸ ਕਰਕੇ ਜਿਹੜੀ ਆ ਇਸ ਏਰੀਏ ਦੀ ਥੋੜ੍ਹੀ ਜਿਹੜੀ ਆ ਸਰਚ ਕੀਤੀ ਗਈ ਹੈਗੀ ਆ ਸਾਰੇ ਪਾਸੇ ਤੋਂ ਬਹੁਤ ਕਰਕੇ। ਬਾਕੀ ਇਹਨਾਂ ਲੋਕਾਂ ਨੂੰ, ਕਿਉਂਕਿ ਟੋਟਲੀ ਜਿਹੜੇ ਇਲੀਟਰੇਟ ਪਰਸਨਸ ਹੈਗੇ ਆ, ਜਿਹਨਾਂ ਨੂੰ ਜਿਹੜਾ ਅਵੇਅਰ ਵੀ ਕੀਤਾ ਗਿਆ ਵੀ ਉਹ ਜੇਕਰ ਉਹਨਾਂ ਦੇ ਕੋਈ ਵੀ ਸਕੇ ਸੰਬੰਧੀ ਜਾਂ ਦੂਸਰੇ ਕੋਈ ਵੀ ਜਿਹੜੇ ਕਰਦੇ ਪਏ ਹੈਗੇ ਆ ਕਿਸੇ ਤਰ੍ਹਾਂ ਦਾ ਗਲਤ ਕੰਮ, ਉਹ ਸਹੀ ਪਾਸੇ ਰੋਕ। ਅਤੇ ਇਹਨਾਂ ਦੇ ਕੁਛ ਮਿਲਿਆ ਵੀ ਆ? ਨਹੀਂ, ਕੁਛ ਨਹੀਂ ਮਿਲਿਆ, ਕੁਛ ਵੀ ਇਹਨਾਂ ਨੂੰ ਸੱਦ ਕੇ ਅਵੇਅਰਨੈਸ ਕੀਤੀ ਇਹਨਾਂ ਦੇ ਵਿੱਚ, ਥੋੜ੍ਹੀ ਅਵੇਅਰਨੈਸ ਕੀਤੀ। ਠੀਕ ਹੈ।